ਰੂਪਨਗਰ ਪੁਲਿਸ ਨੇ ਇੱਕ ਅਜਿਹੇ ਛਾਤਰ ਚੋਰ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਦੀ ਏਟੀਐਮ ਵਿੱਚ ਪੈਸੇ ਕਢਾਉਣ ਦੀ ਮਦਦ ਤਾਂ ਕਰਦਾ ਸੀ ਪਰ ਬਾਅਦ ਵਿੱਚ ਉਹਨਾਂ ਦੇ ਬਹਾਨੇ ਨਾਲ ਹੀ ਏਟੀਐਮ ਬਦਲ ਦਿੰਦਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਖਾਤਿਆਂ 'ਚੋਂ ਸਾਰੇ ਪੈਸਿਆਂ 'ਤੇ ਹੱਥ ਵੀ ਸਾਫ਼ ਕਰ ਦਿੰਦਾ ਸੀ। ਫੜੇ ਗਏ ਛਾਤਰ ਚੋਰ ਕੋਲੋਂ ਪੁਲਿਸ ਨੇ 38 ਏਟੀਐਮ ਅਤੇ 1 ਲੱਖ ਰੁਪਏ ਚੋਰੀ ਦੇ ਬਰਾਮਦ ਕੀਤੇ ਹਨ। ਪੁਲਿਸ ਦੇ ਰਿਕਾਰਡ ਦੇ ਮੁਤਾਬਕ ਉਕਤ ਚੋਰ 2012 ਤੋਂ ਲੈ ਕੇ ਹੁਣ ਤੱਕ ਸੈਂਕੜੇ ਲੋਕਾਂ ਦੇ ਏਟੀਐਮ ਬਦਲ ਕੇ ਕਰੀਬ 2.5 ਕਰੋੜ ਦਾ ਚੂਨਾ ਲਗਾ ਚੁੱਕਾ ਹੈ। ਰੋਪੜ ਦੇ ਐਸਐਸਪੀ ਨੇ ਦੱਸਿਆ ਹੈ ਕਿ ਫੜੇ ਗਏ ਇਸ ਚੋਰ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਇਸ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹਰੇਸਰ ਦੇ ਰਹਿਣ ਵਾਲੇ 4 ਬੰਦੇ ਹੈ। CIA ਤੇ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਇਹਨਾਂ ਨੂੰ ਘੇਰਿਆ। ਹਵਾ ਸਿੰਘ ਨਾਂ ਦਾ ਵਿਅਕਤੀ ਹੈ, ਇਲਿਟਰੇਟ ਹੈ, 40 ਸਾਲ ਦਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। 2012 ਤੋਂ ਇਹ ਗਿਰੋਹ ਚਲਾ ਰਿਹਾ ਸੀਗਾ ਜਿੱਥੇ ਇਹ ATM ਐਕਸਚੇਂਜ ਕਰਦੇ ਸੀਗੇ ਲੋਕਾਂ ਦੇ, ਇੱਦਾਂ ਦੇ ਲੋਕਾਂ ਦੇ ਜਿਨ੍ਹਾਂ ਨੂੰ ATM ਓਪਰੇਟ ਕਰਨਾ ਨਹੀਂ ਆਉਂਦਾ, ਕੋਈ ਬਜ਼ੁਰਗ ਹੋ ਗਿਆ, ਗਰੀਬ ਆਦਮੀ ਹੋ ਗਿਆ ਜਾਂ ਪਿੰਡ ਦਾ ਬੰਦਾ ਹੋ ਗਿਆ। ਅਤੇ ਇਹਨਾਂ ਤੋਂ 38 ATM ਬਿਲਕੁਲ ਓਰੀਜਨਲ ATM ਬਰਾਮਦ ਹੋਏ ਹਨ। 75 ਦੇ ਕਰੀਬ ਵਾਰਦਾਤਾਂ ਜਿਹੜੀਆਂ ਹਿਮਾਚਲ, ਬੱਦੀ, ਨਾਲਾਗੜ੍ਹ, ਚਿੰਤਪੁਰਨੀ, ਪਠਾਨਕੋਟ, ਸੁੰਦਰ ਨਗਰ, ਬਿਲਾਸਪੁਰ, ਨੰਗਲ, ਕਾਲਕਾ ਜੀ, ਵੈਸਟਰਨ UP ਦੀ 25 ਵਾਰਦਾਤਾਂ, ਦਿੱਲੀ ਦੀ ਵੀ 20 ਵਾਰਦਾਤਾਂ ਇਹਨਾਂ ਨੇ ਕੀਤੀਆਂ ਅਤੇ ਲੋਕਾਂ ਦਾ 2.5 ਕਰੋੜ ਰੁਪਇਆ, ਅੰਦਾਜ਼ਨ 2.5 ਕਰੋੜ ਰੁਪਇਆ ਇਹਨਾਂ ਨੇ ਕੱਢਿਆ ਪਿਛਲੇ 6 ਸਾਲਾਂ। ਗੈਂਗ ਮੈਂਬਰ ਹੋਰ ਹੈ, ਇਸਦੇ ਪਿੰਡ ਦੇ ਹੀ ਹੈ, ਇਹਦੇ ਮਿੱਤਰ ਹੀ ਹੈ, ਦੂਰ ਦੀ ਰਿਸ਼ਤੇਦਾਰੀ 'ਚ ਹੈ, 3 ਹੋਰ ਹੈ। ਹੋਰ ਤਾਂ ਵਾਰਦਾਤਾਂ ਹੋਰ ਨਵੀਂ ਨਿਕਲਦੀਆਂ, ਇਹ ਤਾਂ ਇਨੀਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਹੈ। ਵਾਰਦਾਤ ਇੱਦਾਂ ਕਰਦੇ ਸੀਗੇ ਕਿ ਇੱਕ ਤਾਂ ਇਹ ਉੱਦਾਂ ਦਾ ਸ਼ਹਿਰ ਇਹਨਾਂ ਦੇ ਰਡਾਰ 'ਚ ਰਹਿੰਦਾ ਸੀਗਾ ਜਿੱਥੇ ਟ੍ਰੇਨ ਕਨੈਕਟੀਵਿਟੀ ਹੈ। ਟ੍ਰੇਨ 'ਚੋਂ ਉਤਰ ਕੇ ਇਹਨਾਂ ਨੇ ਟ੍ਰੇਨ ਦੇ ਆਲੇ ਦੁਆਲੇ ਕਿਸੇ ਸਰਾਏ 'ਚ ਕਿਸੇ ਧਰਮਸ਼ਾਲਾ 'ਚ ਕਮਰਾ ਲੈ ਲੈਣਾ ਫਿਰ ਰੈਕੀ ਕਰਨੀ ਸ਼ਹਿਰ ਦੀ। ਜਿੱਥੇ ਜਿੱਥੇ ਕੋਈ ਪਿਛੜਾ ਹੋਇਆ ਜਾਂ ਗਰੀਬ ਇਲਾਕਾ ਹੈ ਉੱਥੇ ਇਹ ਪੂਰਾ ਦਿਨ ਖੜ੍ਹੇ ਰਹਿੰਦੇ ਸੀਗੇ। ਕੋਈ ਵੀ ਇੱਦਾਂ ਦਾ ਬਜ਼ੁਰਗ ਆ ਗਿਆ, ਇੱਦਾਂ ਦਾ ਬੰਦਾ ਆ ਗਿਆ ਜਿਹੜਾ ਉਹਨਾਂ ਨੂੰ ਲੱਗਦਾ ਸੀਗਾ ਕਿ ATM ਓਪਰੇਟ ਨਹੀਂ ਕਰ ਸਕਦਾ, ਅੰਦਰ ਜਾ ਕੇ ਇਹਨਾਂ ਨੇ ਲੋਕਾਂ ਨੂੰ ਕਹਿਣਾ, ਬੰਦੇ ਨੂੰ ਕਹਿਣਾ ਕਿ ਬਾਬਾ ਜਲਦੀ ਕਰ ਅਤੇ ਲਾਭ ਮੈਂ ਤੇਰਾ ਪੈਸੇ ਕੱਢ ਕੇ ਦਿੰਦਾ। ਇਹਨਾਂ ਨੇ ATM ਪਾਉਣਾ, ਪਿੰਨ ਪੁੱਛਣਾ, ਪੈਸੇ ਕੱਢ ਕੇ ਜਦ ATM ਵਾਪਸ ਕਰਨ ਲੱਗਦੇ ਸੀਗੇ ਤਾਂ ਐਕਸਚੇਂਜ ਕਰ ਲੈਂਦੇ ਸੀਗੇ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।